ਹੜ੍ਹ ਪੀੜਤ ਕਿਸੇ ਵੀ ਸਮੇਂ ਮੈਡੀਕਲ ਕੈਂਪ ਚੋਂ ਲੈ ਸਕਦਾ ਹੈ ਮਦਦ ਇੰਟਰਨੈਸ਼ਨਲ ਪੰਥਕ ਦਲ। ਲੋਹੀਆਂ ਖਾਸ ਇੰਟਰਨੈਸ਼ਨਲ ਪੰਥਕ ਦਲ ਦੇ ਬਾਨੀ ਅਤੇ ਸ੍ਰੀ ਅਕਾਲ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਖਾਲਸਾ ਦੀ ਪ੍ਰੇਰਨਾ ਨਾਲ ਹੜ੍ਹ ਪੀੜਤਾਂ ਦੀ ਮਦਦ ਲਈ ਲਗਾਏ ਗਏ ਇੰਟਰਨੈਸ਼ਨਲ ਪੰਥਕ ਦਲ ਵੱਲੋਂ ਰਾਹਤ ਦੇ ਮੈਡੀਕਲ ਕੈਂਪ ਵਿੱਚੋਂ ਕੋਈ ਵੀ ਮਾਈ ਭਾਈ ਕਿਸੇ ਵੀ ਸਮੇਂ ਰਾਹਤ ਹਾਸਲ ਕਰ ਸਕਦਾ ਹੈ। ਐਮਰਜੈਂਸੀ ਸਮੇਂ ਲਈ ਐਂਬੂਲੈਂਸ ਦੇ ਪ੍ਰਬੰਧ ਕੀਤੇ ਗਏ ਹਨ। ਇਹ ਜਾਣਕਾਰੀ ਦਿੰਦਿਆਂ ਭਾਈ ਲਖਵਿੰਦਰ ਸਿੰਘ ਪੰਜਾਬ ਪ੍ਰਧਾਨ ਇੰਟਰਨੈਸ਼ਨਲ ਪੰਥਕ ਦਲ ਨੇ ਦੱਸਿਆ ਕਿ ਮੰਡ ਏਰੀਏ ਵਿੱਚ ਹੋਈ ਭਾਰੀ ਤਬਾਹੀ ਤੋਂ ਬਾਅਦ ਹੜ੍ਹ ਚ ਘਿਰੇ ਵਿਅਕਤੀਆਂ ਦੀ ਖਰਾਬ ਹੋਈ ਹਾਲਤ ਨੂੰ ਸੁਧਾਰਨ ਲਈ ਮਰਾਜਵਾਲਾ ਵਿਖੇ ਇੱਕ ਮਹੀਨੇ ਲਈ ਕੈਂਪ ਲਗਾਇਆ ਗਿਆ ਹੈ, ਜਿਸ ਵਿੱਚ ਮਾਹਰ ਡਾਕਟਰ ਟੀਮ ਵੱਲੋਂ ਵਿਅਕਤੀਆਂ ਦਾ ਚੈੱਕਅਪ ਕਰਕੇ ਮੁਫ਼ਤ ਦਵਾਈਆਂ ਦਿੱਤੀਆਂ ਜਾ ਰਹੀਆਂ। ਅੱਜ ਕੈਂਪ ਦੇ ਪ੍ਰਬੰਧਕਾਂ ਦਾ ਜਾਇਜ਼ਾ ਲੈਂਦਿਆਂ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਖਾਲਸਾ ਨੇ ਮੈਡੀਕਲ ਸੇਵਾ ਲਈ ਰੁੱਝੇ ਸਾਰੇ ਸਟਾਫ ਦੀ ਸ਼ਲਾਘਾ ਕੀਤੀ। ਇੰਟਰਨੈਸ਼ਨਲ ਪੰਥਕ ਦਲ ਦੇ ਪ੍ਰਧਾਨ ਭਾਈ ਲਖਵਿੰਦਰ ਸਿੰਘ ਨੇ ਦੱਸਿਆ ਕਿ ਦਲ ਵੱਲੋਂ ਹੜ੍ਹ ਪੀੜਤ ਵਿਅਕਤੀਆਂ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾਏਗੀ। ਇਸ ਮੌਕੇ ਬਾਬਾ ਸਤਨਾਮ ਸਿੰਘ, ਭਾਈ ਕਿਰਪਾ ਸਿੰਘ, ਜਥੇਦਾਰ ਦਲੀਪ ਸਿੰਘ, ਸੁਖਵਿੰਦਰ ਸਿੰਘ, ਅਗਵਾਨ ਪ੍ਰਤਾਪ ਸਿੰਘ, ਪਵਨਦੀਪ ਸਿੰਘ, ਬਾਬਾ ਸੋਖਾ ਸਿੰਘ, ਜਨਰਲ ਸਕੱਤਰ ਧਾਰਮਿਕ ਵਿੰਗ ਪਿੱਪਲ ਸਿੰਘ, ਭਾਈ ਕੁਲਵੰਤ ਸਿੰਘ, ਜਗਸੀਰ ਸਿੰਘ ਮੋਗਾ, ਭਾਈ ਮਲਕੀਤ ਸਿੰਘ, ਭਾਈ ਸੁਖਜਿੰਦਰ ਸਿੰਘ, ਭਾਈ ਜਗਿੰਦਰ ਸਿੰਘ, ਤਰਸੇਮਪਾਲ ਸਿੰਘ, ਗੁਰਨਾਮ ਸਿੰਘ, ਰਾਮ ਸ਼ਰਨਜੀਤ ਸਿੰਘ, ਨਿਸ਼ਾਨ ਸਿੰਘ, ਬੋੜ ਸਿੰਘ, ਨਸੀਬ ਸਿੰਘ, ਬਲਵਿੰਦਰ ਸਿੰਘ, ਗੁਰਬਚਨ ਸਿੰਘ, ਸਲਵਿੰਦਰ ਸਿੰਘ, ਜਗਤਾਰ ਸਿੰਘ, ਮਨੋਹਰ ਸਿੰਘ, ਸਰਬਜੀਤ ਸਿੰਘ, ਬੂਟਾ ਸਿੰਘ, ਨਿਸ਼ਾਨ ਸਿੰਘ ਗਿੱਲ, ਹਰਵਿੰਦਰ ਸਿੰਘ, ਸ਼ਾਮ ਸਿੰਘ ਵਾਲਾ, ਜਸਵਿੰਦਰ ਸਿੰਘ, ਰਵਨੀਤ ਸਿੰਘ, ਕਰਨ ਮਹਿਤਾਬ ਸਿੰਘ ਤੋਂ ਇਲਾਵਾ ਇੰਟਰਨੈਸ਼ਨਲ ਪੰਥਕ ਦਲ ਦੇ ਮੈਂਬਰ ਮੌਜੂਦ ਸਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਹਿਬ ਸੰਗਤ ਜੀ, ਇਸ ਵੇਲੇ ਅਸੀਂ ਪਹੁੰਚੇ ਹੋਏ ਹਾਂ ਨਗਰ ਮਹਿਰਾਜ ਵਾਲਾ, ਜ਼ਿਲ੍ਹਾ ਜਲੰਧਰ, ਜਿਹੜਾ ਕਿ ਹੜ੍ਹ ਪ੍ਰਭਾਵਿਤ ਇਲਾਕਾ ਹੈ। ਸੋ ਇਸ ਨਗਰ ਦੇ ਵਿੱਚ ਸਾਹਮਣੇ ਦੇਖ ਰਹੇ ਹਾਂ ਕਿ ਹੜ੍ਹ ਪੀੜਤ ਲੋੜਵੰਦਾਂ ਲਈ ਸਹਾਇਤਾ ਕੈਂਪ ਇੰਟਰਨੈਸ਼ਨਲ ਪੰਥਕ ਦਲ ਵੱਲੋਂ ਲਾਇਆ ਗਿਆ, ਜਿੱਥੇ ਵੱਖ ਵੱਖ ਰਸਤਾਂ ਬਸਤਾਂ ਸੰਗਤਾਂ ਦੇ ਵਾਸਤੇ, ਨਗਰ ਨਿਵਾਸੀਆਂ, ਇਲਾਕਾ ਨਿਵਾਸੀਆਂ ਦੇ ਵਾਸਤੇ ਗੁਰਮੁਖ ਪਿਆਰੇ ਸੰਗਤਾਂ ਦੇ ਸਹਿਯੋਗ ਦੇ ਨਾਲ ਇੰਟਰਨੈਸ਼ਨਲ ਪੰਥ ਦਲ ਵੱਲੋਂ ਉਪਰਾਲਾ ਕੀਤਾ ਗਿਆ। ਉੱਥੇ ਨਾਲ ਹੀ ਮੈਡੀਕਲ ਦੀ ਜਿਹੜੀ ਸਹੂਲਤ ਹੈ, ਕਿਉਂਕਿ ਬਹੁਤ ਜ਼ਿਆਦਾ ਬੁਰਬੋਹ ਕਰਕੇ, ਪਾਣੀ ਆਉਣ ਕਰਕੇ ਇਸ ਜਗ੍ਹਾ ਦੇ ਉੱਤੇ ਕਾਫੀ ਬਿਮਾਰੀਆਂ ਪੈਦਾ ਹੋ ਗਈਆਂ। ਸੋ ਉਹਨਾਂ ਦੇ ਨਾਲ ਨਜਿੱਠਣ ਦੇ ਲਈ, ਮੁੱਢਲੀ ਸਹਾਇਤਾ ਦੇਣ ਦੇ ਲਈ ਇਹ ਮੈਡੀਕਲ ਰਿਲੀਫ ਕੈਂਪ ਲਾਇਆ ਗਿਆ ਹੈ। ਇਸ ਕੈਂਪ ਦੇ ਵਿੱਚ ਜਿੱਥੇ ਹੋਰ ਵੱਖ ਵੱਖ ਸੰਗਤਾਂ ਹਾਜ਼ਰ ਹੈ, ਇੰਟਰਨੈਸ਼ਨਲ ਪੰਥਕ ਦਲ ਦੇ ਬਾਨੀ ਅਤੇ ਨਾਲ ਹੀ ਇੰਟਰਨੈਸ਼ਨਲ ਪੰਥਕ ਦਲ ਦੇ ਬਾਨੀ ਸਿੰਘ ਸਾਹਿਬ ਗਿਆਨੀ ਜਸਵੀਰ ਸਿੰਘ ਜੀ ਰੋਡੇ, ਸਾਬਕਾ ਜਥੇਦਾਰ ਸਿੰਘ ਅਕਾਲ ਤਖਤ ਸਾਹਿਬ, ਉਹ ਵੀ ਸੰਗਤਾਂ ਦੇ ਵਿੱਚ ਹਾਜ਼ਰ ਦਿਖਾਈ ਦੇ ਰਹੇ ਹੈ। ਉਹਨਾਂ ਦੀ ਰਹਿਨੁਮਾਈ ਦੇ ਹੇਠ ਇੰਟਰਨੈਸ਼ਨਲ ਪੰਥਕ ਦਲ ਦੇ ਸਮੂਹ ਵਰਕਰ ਅਤੇ ਹੋਰ ਸਿੱਖ ਸੰਗਤਾਂ, ਡਾਕਟਰਾਂ ਦੀ ਟੀਮ ਦੇ ਸਹਿਤ ਇੱਥੇ ਹਾਜ਼ਰ ਨੇ, ਮਰੀਜ਼ਾਂ ਦੀ ਸੇਵਾ ਦੇ ਵਿੱਚ ਲਗਾਤਾਰ ਲੱਗੇ ਹੋਏ ਹੈ। ਆਓ ਆਪ ਜੀ ਨੂੰ ਇੱਕ ਵਾਰੀ ਪਿਛਲੇ 11-12 ਦਿਨ ਤੋਂ ਮੈਡੀਕਲ ਕੈਂਪ ਲਾਇਆ ਹੋਇਆ ਅਤੇ ਰਿਲੀਫ ਕੈਂਪ ਹੜ੍ਹ ਪੀੜਤਾਂ ਲਈ ਵਿਸ਼ੇਸ਼ ਤੌਰ 'ਤੇ ਇਹ ਉਪਰਾਲੇ ਕੀਤੇ ਗਏ ਆ, ਜਿੱਥੇ ਵੱਖ ਵੱਖ ਜਥੇਬੰਦੀਆਂ, ਸਿੱਖ ਸੰਪਰਦਾਵਾਂ, ਸੰਸਥਾਵਾਂ, ਨਗਰ ਚੇਤਾਂ, ਸਾਰੀਆਂ ਸਿੱਖ ਸੰਗਤਾਂ ਨੇ ਵੱਡਾ ਉਪਰਾਲਾ ਕੀਤਾ, ਕਿਉਂਕਿ ਇਹ ਰੋਪੜ ਤੋਂ ਲੈ ਕੇ ਫਿਰੋਜ਼ਪੁਰ ਤੱਕ ਜੋ ਸਤਲੁਜ ਦੇ ਪਾਣੀ ਨੇ ਨੁਕਸਾਨ ਕੀਤਾ ਹੈ, ਉਸੇ ਦੀ ਮਾਰ ਥੱਲੇ ਇਹ ਇਲਾਕਾ ਜਿੱਥੇ ਅਸੀਂ ਖੜ੍ਹੇ ਹਾਂ, ਇਹ ਮਰਾਜਵਾਲਾ ਪਿੰਡ ਹੈ। ਸੋ ਲੋਹੀਆਂ ਤੋਂ ਕੋਈ 6-7 ਕਿਲੋਮੀਟਰ ਦੂਰ ਹੈ।
ਤਹਿਸੀਲ ਗੜ੍ਹ ਸ਼ੰਕਰ ਦੇ ਵਿੱਚ ਪੈਂਦਾ, ਤਹਿਸੀਲ ਇਹ ਸ਼ਾਹਕੋਟ ਦੇ ਵਿੱਚ ਪੈਂਦਾ। ਸੋ ਇੱਥੇ ਅਸੀਂ ਪਿੰਡਾਂ 40 ਕੁ ਪਿੰਡਾਂ ਨੂੰ ਕੇਂਦਰ ਮੰਨ ਕੇ ਇੱਥੇ ਕੈਂਪ ਲਾਇਆ, ਜੋ ਪਿਛਲੇ 10 ਦਿਨਾਂ ਤੋਂ ਚੱਲ ਰਿਹਾ। ਅੱਜ ਵੀ 12 ਡਾਕਟਰਾਂ ਦੀ ਜਿਹੜੀ ਟੀਮ ਸਾਡੇ ਨਾਲ ਹੈ, ਜਿਨ੍ਹਾਂ ਨੂੰ ਅਸੀਂ ਪਿੰਡਾਂ ਵਿੱਚ ਵੀ ਡੋਰ ਟੂ ਡੋਰ ਜੀਪਾਂ ਦੇ ਉੱਪਰ ਭੇਜਿਆ ਹੋਇਆ, ਜਿੱਥੇ ਉਹ ਪਸ਼ੂਆਂ ਦੇ ਇਲਾਜ ਲਈ ਵੱਖਰਾ ਪ੍ਰਬੰਧ ਕੀਤਾ ਗਿਆ ਹੈ ਅਤੇ ਮਨੁੱਖਤਾ ਦੇ ਇਲਾਜ ਲਈ ਵੱਖਰਾ ਪ੍ਰਬੰਧ ਕੀਤਾ ਗਿਆ ਹੈ। ਇਸੀ ਕੈਂਪ ਦੇ ਵਿੱਚ ਲਾਈਟ ਦਾ ਪ੍ਰਬੰਧ ਕੀਤਾ ਗਿਆ, ਜਿੱਥੇ ਸਕੂਲ ਟੈਸਟ ਅਤੇ ਰਿਜ਼ਲਟ ਨਾਲ ਦੀ ਨਾਲ ਦੇ ਕੇ ਨਾਲ ਦਵਾਈ ਦਿੱਤੀ ਜਾਂਦੀ ਹੈ। ਨਹੀਂ ਤਾਂ ਇੱਥੋਂ ਮੁਸ਼ਕਲ ਹੈ, ਜੇ ਕਹੀਏ ਕਿ ਤੁਸੀਂ ਲੋਹੀਆਂ ਤੋਂ ਟੈਸਟ ਕਰਾ ਕੇ ਲਿਆਓ ਜਾਂ ਤੁਸੀਂ ਹੋਰ ਕਿਸੇ ਸ਼ਹਿਰ ਤੋਂ ਸੁਲਤਾਨਪੁਰ ਸਾਹਿਬ ਜਾਓ, ਉਹਨਾਂ ਨੂੰ ਮੁਸ਼ਕਲ ਹੋ ਸਕਦਾ ਸੀ। ਇਸ ਕਰਕੇ ਇੰਟਰਨੈਸ਼ਨਲ ਪੰਥਕ ਦਲ ਨੇ ਇਹ ਪ੍ਰਬੰਧ ਕੀਤਾ ਹੈ ਕਿ ਇਹ ਸਾਰਾ ਪ੍ਰਬੰਧ ਇੱਥੇ ਹੀ ਹੋਵੇ। ਸੋ ਇਹ ਪ੍ਰਬੰਧ ਸੰਗਤਾਂ ਦੇ ਸਹਿਯੋਗ ਨਾਲ ਪਿਛਲੇ 10-11 ਦਿਨ ਤੋਂ ਚੱਲ ਰਿਹਾ, ਲਗਾਤਾਰ ਇੱਕ ਮਹੀਨਾ ਚੱਲੇਗਾ, ਕਿਉਂਕਿ ਵੱਡੀਆਂ ਆਫਤਾਂ ਵਿੱਚ ਜਿੰਨਾ ਪਾਣੀ ਚੜ੍ਹਿਆ ਸੀ, ਪਾਣੀ ਸਹਿਜੇ ਸਹਿਜੇ ਪਿੱਛੇ ਚਲਿਆ ਗਿਆ, ਪਰ ਬਿਮਾਰੀਆਂ ਛੱਡ ਗਿਆ। ਇਹਨਾਂ ਬਿਮਾਰੀਆਂ ਦੇ ਇਲਾਜ ਲਈ ਸਾਡਾ ਸਭ ਦਾ ਹੀ ਫਰਜ਼ ਬਣਦਾ ਹੈ ਕਿ ਅਸੀਂ ਮਨੁੱਖਤਾ ਦੇ ਇਸ ਦੁੱਖ ਦੀ ਘੜੀ ਵਿੱਚ ਅਸੀਂ ਸਾਥ ਦੇਈਏ। ਜੋ ਸਤਿਗੁਰੂ ਨੇ ਸਾਨੂੰ ਇਹ ਫਿਲੋਸਫੀ ਦਿੱਤੀ ਹੈ ਸਰਬੱਤ ਦੇ ਭਲੇ ਦੀ, ਇਹਦੇ ਵਿੱਚ ਸਾਨੂੰ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ। ਇੰਟਰਨੈਸ਼ਨਲ ਪੰਥਕ ਦਲ ਦੇ ਵੱਖ ਵੱਖ ਜ਼ਿਲ੍ਹਾ ਯੂਨਿਟਾਂ ਨੇ, ਸਮੁੱਚੀ ਪੰਜਾਬ ਦੀ ਜਥੇਬੰਦੀ ਨੇ ਬਹੁਤ ਵੱਡਾ ਰੋਲ ਨਿਭਾਇਆ ਹੈ ਅਤੇ ਸੰਗਤਾਂ ਨੇ ਬੜਾ ਵੱਡਾ ਸਹਿਯੋਗ ਦਿੱਤਾ ਹੈ, ਤਾਂ ਸਾਰਿਆਂ ਦਾ ਧੰਨਵਾਦੀ ਹੈ। ਖਾਸ ਕਰਕੇ ਜਿੰਨੇ ਡਾਕਟਰ ਰੋਜ਼ ਆਉਂਦੇ ਨੇ, 12-12 13-13 ਘੰਟੇ ਡਾਕਟਰ ਇੱਥੇ ਡਿਊਟੀ ਦਿੰਦੇ ਨੇ, ਮਰੀਜ਼ਾਂ ਨੂੰ ਚੈੱਕ ਕਰਦੇ ਨੇ, ਦਵਾਈਆਂ ਦਿੰਦੇ ਨੇ, ਅਤੇ ਜਿਹੜੀਆਂ ਸੰਸਥਾਵਾਂ ਸਾਨੂੰ ਬਹੁਤ ਸਾਰੀਆਂ ਦਵਾਈਆਂ ਮੁਹੱਈਆ ਕਰਾ ਰਹੀਆਂ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ, ਕਿਉਂਕਿ ਲਗਾਤਾਰ ਜੋ ਦਵਾਈਆਂ ਚੱਲ ਰਹੀਆਂ ਨੇ ਸੰਗਤਾਂ ਦੇ ਸਹਿਯੋਗ ਨਾਲ ਹੀ ਸਾਰਾ ਪ੍ਰੋਗਰਾਮ ਮੈਡੀਕਲ ਕੈਂਪ ਦਾ ਵਿਸਥਾਰ ਦੇ ਨਾਲ ਚੱਲ ਰਿਹਾ ਹੈ, ਤਾਂ ਸਾਰੀਆਂ ਸੰਸਥਾਵਾਂ ਦਾ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹੈ। ਨਾਲ ਨਾਲ ਜਿਹੜੇ ਹੜ੍ਹ ਪੀੜਤਾਂ ਦੀ ਮਾਰ ਥੱਲੇ ਸੰਗਤਾਂ ਆ ਗਈਆਂ, ਉਹਨਾਂ ਨੂੰ ਭਰੋਸਾ ਦਵਾਉਂਦਾ ਹੈ ਕਿ ਸਾਨੂੰ ਡੋਲਣ ਦੀ ਲੋੜ ਨਹੀਂ, ਕਿਉਂਕਿ ਕੁਦਰਤੀ ਆਫਤਾ ਹੈ, ਕਿਸੇ ਜ਼ੋਰ ਨਹੀਂ। ਪਰ ਜਿੰਨਾ ਸਿੱਖ ਪੰਥ ਨੇ, ਸਿੱਖ ਸੰਗਤ ਨੇ ਜਿਹੜਾ ਵੱਡਾ ਸਹਿਯੋਗ ਦਿੱਤਾ ਹੈ, ਇਹਦੇ ਨਾਲ ਤੁਹਾਡਾ ਸਭ ਦਾ ਹੌਸਲਾ ਬੁਲੰਦ ਰਹਿਣਾ ਚਾਹੀਦਾ।